हां जी दोस्तों ਤੁਹਾਡਾ ਸਾਰਿਆਂ ਸਵਾਗਤ ਹੈ ਆਪਣੇ YouTube ਚੈਨਲ ਐਚਕੇ ਵਿਦੇਤੇ ਅੱਜ ਅਸੀਂ ਤੁਹਾਡੇ ਲਈ 8ਵੀਂ ਜਮਾਤ ਦਾ ਸਾਇੰਸ ਵਿਸ਼ਾ ਪੇਪਰ ਹੋਣ ਵਾਲਾ ਪ੍ਰੀਵਿਊਡ ਪ੍ਰੀਖਿਆ ਦਾ 23 24 ਦਾ ਉਹ ਲੈ ਕੇ ਆ ਚੁੱਕੇ ਹਾਂ ਬਿਲਕੁਲ ਸੋਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਜੋ ਪੇਪਰ ਦੀ ਵੀਡੀਓ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਤੁਹਾਨੂੰ ਦੱਸ ਦਈਏ ਇਹ ਪੇਪਰ ਕੋ 70 ਅੰਕ ਦਾ ਹੋਵੇਗਾ ਤੇ ਸਮਾਂ ਤਨਕਾਂ ਤੇ ਦਿੱਤਾ ਜਾਵੇਗਾ ਜੇਕਰ ਤੁਸੀਂ ਇਸ ਪੇਪਰ ਦੀ ਪੀਡੀਐਫ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਟੈਲੀਗ੍ਰਾਮ ਅਤੇ ਬਸਸ ਚੰਦ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਦੋਂ ਮਾਜੋ ਤੇ ਕਲਿੱਕ ਕਰਕੇ ਆਪਣੇ ਟੈਲੀਗ੍ਰਾਮ ਜਾਂ ਬਸਸ ਚੰਦ ਦੇ ਵਿੱਚ ਜੁਆਇਨ ਹੋ ਕੇ ਪੇਪਰ ਦੀ ਪੀਡੀਐਫ ਨੂੰ ਦੇਖ ਸਕਦੇ ਹੋ ਜਦੋਂ ਆਪਾਂ ਪੇਪਰ 'ਤੇ ਵੱਧਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਨੰਬਰ 1 ਬਹੁ ਵਿਕਲਪੀ ਪ੍ਰਸ਼ਨ ਨ ਹੋਣਗੇ ਇਹਨਾਂ ਨੂੰ ਤੁਸੀਂ ਅਨਸਰ ਦੇਣੇ ਹਨ ਪਹਿਲੇ ਹੈਗਾ ਖੇਤ ਲਿਖਿਆ ਵਿੱਚ ਕਿਹੜੀ ਖੇਤੀ ਖੁਦਤੀ ਨਹੀਂ ਹੈ ਇਹਨਾਂ ਸレਗਾ ਚੌਥਾ ਟੋਆ ਟੋਆ ਅਗੇ ਦੂਸਰਾ ਪ੍ਰਸ਼ਨ ਨੰਬਰ 2 ਖਮੀਰ ਦੀ ਬਲ ਤੋਂ ਹੇਥ ਲਿਖਿਆ ਵਿੱਚ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ਇਹਦਾ ਅਨਸਰ ਜੂ ਆਰਾ ਸ਼ਰਾਬ ਅਗੇ ਤੀਸਰਾ ਪ੍ਰਸ਼ਨ ਹੈ ਹੇਥ ਲਿਖਿਆ ਵਿੱਚ ਕਿਸ ਨੂੰ ਕੁੱਟ ਕੇ ਚਾਦ ਦੇ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ ਇਹਦਾ ਅਨਸਰ ਜੂ ਆਰ ਜ਼ਿੰਕ ਮਤਲਬ ਪਹਿਲਾ ਅਗੇ ਚੌਥਾ ਇੱਕ ਟੋਆ ਕਿ ਤੋਇਡ ਦੂਧ ਦਾ ਲਾਰਵ ਜਿਸ ਪ੍ਰਕਿਰਿਆ ਦੇ ਦੌਰਾਨ ਪ੍ਰੋਟੋ ਵਿੱਚ ਵਿਕਸਿਤ ਹੁੰਦਾ ਹੈ ਉਹ ਕਿਹਨਾਂ ਨੂੰ ਕੀ ਕਹਿੰਦੇ ਨੇ ਕਾਇਆ ਪਰਿਵਰਤਨ ਵਿਦਿਆਰਥੀ ਦੋਗੇ ਅਗਿਆ ਅਗਿਆ ਪੰਜਵਾਂ ਹੇਠ ਲਿਖੇ ਹੇਠ ਲਿਖੇ ਵਿੱਚੋਂ ਕਿਹੜੀ ਵਸਤੂ ਨੇ ਦੀ ਅਵਰਤੀਕ ਟੋਕਟ ਹੋਣ ਦੀ ਸੁਭਾਵਨਾ ਹੈ ਇਹਦਾ ਸਹੀ ਜੁਆ ਰਾਈਟ ਆਨਸਰ ਹੈਗਾ ਤੀਸਰਾ ਆਦਮੀ ਦੀ ਅਗਗਾ ਦੋਸ਼ੀਮਾ ਦੇਸ ਦੀ ਵਰਤੂ ਮਸ਼ੀਨਾਂ ਦੇ ਚੱਲਦੇ ਹਿੱਸਿਆਂ ਨੂੰ ਰਗੜਨ ਰਗੜਨ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ ਛੇ ਮੇਰਾ ਸਹੀ ਹਸ ਰਾਜੂਆ ਪਹਿਲਾ ਤੇਲ ਜਾਂ ਗ੍ਰੀਸ ਪਹਿਲਾ ਆਪਸ਼ਨ ਸਹੀ ਹੈ ਅਗੇ ਸਤਮਾ ਸੇਠ ਦਿੱਤੇ ਵਿੱਚੋਂ ਕਿਹੜਾ ਸੂਰਜੀ ਸਿਸਟਮ ਦਾ ਮੈਂਬਰ ਨਹੀਂ ਹੈ ਇਹਨਾਂ ਸਹੀ ਹੂਆ ਇੱਕ ਤਾਰਾ ਮੰਡਲ ਮਤਲਬ ਤੀਸਰਾ ਅਗੇ ਅੱਠਵਾ ਸਭ ਤੋਂ ਪਹਿਲਾ ਜਨਮ ਦਾ ਨਾਮ ਦੱਸੋ ਜਿਸ ਜਿਸ ਦੇ ਸਫਤ ਤਾ ਪੂਰਵਕ ਕਲੂਨ ਕੀਤਾ ਗਿਆ ਸੀ ਇਹਦਾ ਸਰਾ ਹੈਗਾ ਦੋਲੀ ਪੇੜ ਬਤ ਦੂਸਰਾ ਅਗੇ ਨੋਮਾ ਆ ਗਿਆ ਇੱਕ ਜੁਗਮਚ ਇੱਕ ਜੁਗਮਚ ਵਿੱਚ ਪਾਇ ਜਾਣ ਵਾਲੇ ਕੇਂਦਰਕਾਂ ਦੀ ਸੰਖਿਆ ਕੇਂਦਰਾਂ ਦੀ ਸੰਖਿਆ ਕਿੰਨੀ ਹੁੰਦੀ ਆ ਇਹਦਾ ਸਜ ਦੂਸਰਾ ਇੱਕ ਹੁੰਦੀ ਆ ਅਗਰ ਆਪਰੇਸ਼ਨ ਦੇਖ ਲੈਣਾ ਆਪਾਂ ਪ੍ਰਸ਼ਨ ਨੰਬਰ 2 ਖਾਲੀ ਥਾਂ ਮਾ ਪਰੋ ਇਹ ਨੌ ਖਾਲੀ ਥਾਂ ਦਿੱਤੀ ਗਈ ਹੈ ਨਾ ਇਹਨਾਂ ਨੂੰ ਤੁਸੀਂ ਨੇ ਸਹੀ ਤਰੀਕੇ ਨਾਲ ਭਰਨਾ ਹੈ ਪਹਿਲੇ ਹੈਗਾ ਖਰਾਬ ਹੋਏ ਬੀਜਾਂ ਬੀਜ ਪਾਣੀ ਤੇ ਸਿੱਖਲ ਤੇ ਡੈਸ਼ ਸ਼ੁਰੂ ਹੋਣਗੇ ਕੀ ਸ਼ੁਰੂ ਹੋਣਗੇ ਜਿਹੜਾ ਸਰਜੂਆ ਟੈਲਨੇ ਆ ਟੈਲ ਦਾ ਸ਼ੁਰੂ ਹੋ ਜਾਣਗੇ ਅੱਗੇ ਦੂਸਰਾ ਹੈ ਜਿਹੜਾ ਡੈਸ਼ ਕਾਰਨ ਹੁੰਦਾ ਹੈ ਜਿਹੜਾ ਸਰਜੂਆ ਜੀਵਾਨੂ ਜੀ ਬ ਨੁਆ ਹੁਣ ਆਪਾਂ ਅੱਗੇ ਵਧਦੇ ਹਾਂ ਤੀਸਰਾ ਪੈਟਰੋਲ ਦੋ ਪੱਖਾ ਵੱਖ-ਵੱਖ ਹਿੱਸਿਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਦੇਸ਼ ਕਹਿੰਦੇ ਹਨ ਇਹਦਾ ਸਹੀ ਜਵਾਬ ਪੈਟਰੋਲੀਅਮ ਦੀ ਸੁੱਧਾਈ ਪੈਟਰੋਲੀਅਮ ਦੀ ਸੁੱਧਾਈ ਅੱਗੇ ਅੱਗੇ ਚੌਥਾ ਲੱਕੜ ਅਤੇ ਕੋਲੇ ਦੇ ਜਲਨ ਨਾਲ ਹਵਾ ਦਾ ਦੇਸ਼ ਹੁੰਦਾ ਹੈ ਇਹਦਾ ਸਹੀ ਜਵਾਬ ਪ੍ਰਦੂਸ਼ਣ ਅਗੇ ਪੰਜਵਾਂ ਉਹ ਉਹ ਪ੍ਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ ਨੂੰ ਦੇਸ਼ ਕਹਿੰਦੇ ਹਨ ਇਹਨਾਂ ਸਾਨੂੰ ਖਾਸ ਸਥਾਨਕ ਪ੍ਰਜਾਤੀਆਂ ਖਾਸ ਸਥਾਨਕ ਪ੍ਰਜਾਤੀਆਂ ਅਗੇ ਛੇਮਾ ਤੁਨੀ ਦਾ ਤਿੱਖਾਪਣ ਕੰਪਨ ਦੀ ਦੇਸ਼ ਤੋਂ ਨਿਰਧਾਰਿਤ ਕੀਤਾ ਜਾਂਦਾ ਹੈ ਇਹਨਾਂ ਸਾਨੂੰ ਛੇਮੇ ਦਾ ਅਭਰਤੀ ਅ ਬ੍ਰਤੀ ਅਗੇ ਸੱਤਵਾਂ ਰਗੜ ਸਤਾ ਦੇ ਦੈਸ਼ ਤੇ ਨਿਰਭਰ ਕਰਦਾ ਹੈ ਇਹਦਾ ਸਜੂਆ ਸੁਭਾ ਅਗੇ ਅੱਠਵਾਂ ਇੱਕ ਕੋਲ ਵਿੱਚੋਂ ਬਿਜਲੀ ਧਾਰਾ ਲੰਘ ਤੇ ਦੈਸ਼ ਪ੍ਰਭਾਵ ਪੈਂਦਾ ਹੈ ਕਿਹੜਾ ਪ੍ਰਭਾਵ ਪੈਂਦਾ ਰਸਾਇਣਿਕ ਅਗੇ ਨੌਵਾਂ ਇੱਕ ਸਮਤਲ ਦਰਪਨ ਦੇ ਸਾਹਮਣੇ 1 ਮੀਟਰ ਦੂਰ ਇੱਕ ਵਿਅਕਤੀ ਆਪਣੇ ਪ੍ਰਤਿਮਬ ਤੋਂ ਦੈਸ਼ ਦੂਰ ਜਾਪਦਾ ਹੈ ਇਦਾਂ ਸਜੋ 2 ਮੀਟਰ ਦੂਰ ਜਾਪਦਾ ਹੈ ਅਗਰ ਤੀਸਰਾ ਸਹੀ ਗਲਤ ਇਹ ਵੀ ਨੋ ਹਨ ਇਹਨਾਂ ਦੇ ਵੀ ਤੁਸੀਂ ਅਨਸਰ ਦੇਣੇ ਹਨ ਚਲੋ ਆਪਾਂ ਪਹਿਲੇ ਵੱਲ ਵੱਧਦੇ ਆ ਪਹਿਲਾ ਹੈਗਾ ਆਮ ਤੌਰ ਤੇ ਅਦਾਤਾ ਤੇ ਜਾਬਨਰ ਪ੍ਰਕਿਰਿਆ ਕਰਦੀ ਹਨ ਅਦਾਤਾ ਕਿਹਦੇ ਕਰਦੀ ਹੈ ਨਾ ਤੇਜਾਬਨਰ ਆਹ ਬਿਲਕੁਲ ਗਲਤਤਾ ਅਗਰ ਦੂਸਰਾ ਪਥਰਾਤ ਬਦਲਨ ਪ੍ਰਯੋਗਸ਼ਾਲਾ ਵਿੱਚ ਬਣਾਏ ਜਾ ਸਕਦੇ ਹਨ ਇਹ ਵੀ ਬਿਲਕੁਲ ਗਲਤਤਾ ਅਗੇ ਤੀਸਰਾ ਜਲਵਾਯੂ ਪਰिवर्तन ਕਾਰਨ ਪ੍ਰਵਾਸੀ ਪੰਛੀ ਦੂਰ ਦਰੋਂ ਦੇ ਸਥਾਨਤੋਂ ਉੱਡਦੇ ਹਨ ਇਹ ਬਿਲਕੁਲ ਸਹੀ ਆ ਅਗੇ ਚੌਥਾ ਇੱਕ ਸੈਲੀ ਜੀਵਾਂ ਨੂੰ ਦਾ ਇੱਕ ਸੈੱਲ ਹੀ ਹੁੰਦਾ ਹੈ ਆ ਵੀ ਸਹੀ ਆ ਅਗੇ ਪੰਜਵਾਂ ਪੀਸੀ ਸੈੱਲ ਵਿੱਚ ਸਿਖਾਮ ਹਨ ਆ ਗਲਤ ਆ ਤਾਂ ਪੰਜਵਾਂ ਗਲਤ ਆ ਗਿਆ ਅਗੇ ਛੇਮਾ ਕਿਸੋਰ ਵਿੱਚ ਸਹੀ ਭੋਜਨ ਵਿੱਚ ਚਿਪਸਨ ਉੜਕ ਕੋਕ ਸਮਰ ਹੁੰਦੇ ਹਨ ਇਸੇ ਮਾਗ ਬਿਲਕੁਲ ਗਲਤ ਆ ਕਿ ਸਤਮਾ ਰਗੜ ਤਾਪ ਪੈਦਾ ਕਰਦਾ ਹੈ ਰਗੜ ਤਾਪ ਪੈਦਾ ਕਰਦਾ ਹੈ ਬਿਲਕੁਲ ਸਹੀ ਆ ਅਗਠਮਾ ਕਤਨਾ ਦਾ ਕੋਣ ਪੱਟੀ પ્રતિબિંਬਿਤ ਦੇ ਕੋਣ ਦੇ ਬਰਾਬਰ ਹੁੰਦਾ ਹੈ ਆ ਸਹੀ ਆ ਅਗ ਅਮੀਬਾ ਦੀ ਆਕਿਰਤੀ ਅਨਿਜਮਿਤ ਹੁੰਦਾ ਹੈ ਆ ਵੀ ਬਿਲਕੁਲ ਸਹੀ ਆ ਇਸ ਪਕਾ ਤੋਂ ਸਹੀ ਗਲਤ ਕਰਕੇ ਆ ਜਾਣੇ ਹਨ ਅਗੇ ਅਗੇ ਚੌਥਾ ਮਿਲਾਨ ਕਰੋ ਇਹ ਅੱਠਨ ਇਹਨਾਂ ਤੁਸੀਂ ਆਪਸ ਵਿੱਚ ਮਿਲਾਨ ਕਰਨਾ ਹੈ ਇਹ ਵਿਸਤੋਣ ਕਰਵਾ ਦਿਨੇ ਆ ਪਹਿਲੇ ਹੈਗਾ ਢੀਸੀ ਖਾਦਾ ਢੀਸੀ ਖਾਦਾ ਮਿਲਜੂ ਆ ਕਿ ਪਸ਼ੂਆਂ ਦਾ ਗੋਬਰ ਮੂਤਰ ਅਤੇ ਪੌਦਿਆਂ ਦੇ ਭਾਤੂ ਪਦਾਰਥ ਇਹਦੇ ਨਾਲ ਮਿਲਾਨ ਕਰਦਾਂਗੇ ਆਪਾਂ ਜੀ ਮੈਂ ਮਿਲਾਨ ਹੋ ਕੇ ਪਹਿਲਾ ਅਗੇ ਦੂਸਰਾ ਰਬੀ ਫਸਲਾ ਰਬੀ ਫਸਲਾ ਕਿਹਦੇ ਨੇ ਕਣਕ ਚੋਲੇ ਤੇ ਮਟਰ ਇਹਨਾਂ ਦਾ ਪਹਿਨਾ ਨਾਲ ਮਿਲਾਨ ਕਰ ਦੇਵਾਂਗੇ ਅਗੇ ਤੀਸਰਾ ਰਸਾਇਣਿਕ ਖਾਦਾ ਜੋ ਸਾਇੰਸ ਖਾਦਾਂ ਕਿਹੜੀਆਂ ਨੇ ਇਹਦਾ ਸਰਾਜੂਆ ਜੂਰੇ ਅਤੇ ਸੁਪਰ ਫਾਸਫੇਟ ਇਹ ਆਪਾਂ ਇਹਦੇ ਨਾਲ ਮਿਲਾ ਨਿਕਲ ਦੇਵਾਂਗੇ ਅੱਗੇ ਚੌਥਾ ਮਰਕਰੀ ਮਰਕਰੀ ਮਿਲਜੂਆ ਥਰਮਾਮੀਟਰ ਕਿਉਂਕਿ ਥਰਮਾਮੀਟਰ ਵਿੱਚ ਮਰਕਰੀ ਦੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਕਾਪੜ ਕਾਪੜ ਆ ਜੂ ਬਿਜਲੀ ਬਿਜਲੀ ਦੇ ਤਾਰਾ ਕਿਉਂਕਿ ਕਾਪੜ ਤੋਂ ਸਹਾਇਤਾ ਨਾਲ ਬਿਜਲੀ ਦੇ ਤਾਰਾ ਬਣਾਈ ਜਾਂਦੀਆਂ ਹਨ ਬਲਣ ਦੇ ਬਲਣ ਦੇ ਲਈ ਜ਼ਰੂਰੀ ਹੈ ਕਿ ਜ਼ਰੂਰੀ ਆ ਆਕਸੀਜਨ ਅੱਗੇ ਅਕ ਸੰਕਤ ਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਇਹਦੇ ਵਿੱਚ ਰੱਖਿਆ ਜਾਂਦਾ ਸਟੈਡ ਡਾਟਾ ਬੁੱਕ ਵਿੱਚ ਅੱਗੇ ਫਸਿਲ ਬਾਲਨ ਕਿਲੇ ਨੇ ਪੈਟਰੂਰ ਤੇ ਮਿੱਟੀ ਦਾ ਤੇ ਇਹਦੇ ਫਸਿਲ ਬਾਲਰ ਹਨ ਇਸ ਪੱਕਾ ਤੁਸੀਂ ਮਿਲਾਨ ਕਰਕੇ ਆ ਜਾਣਾ ਇਹਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਜਾਂ ਤੁਹਾਨੂੰ ਆਪਣੇ ਟੈਲੀਗ੍ਰਾਮ ਤੇ ਜੁੜੇ ਪੇਪਰ ਦੀ ਫੁੱਲ ਸੋਰ ਪੀਡੀਐਫ ਮਿਲ ਜਾਊਗੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਅੱਗੇ ਕਿ ਪ੍ਰਸ਼ਨ ਦੂਜੇ ਕਾਪੇ ਪ੍ਰਸ਼ਨ ਹਨ ਇਹ ਰੱਪਕ 10 ਜ 10 ਪ੍ਰਸ਼ਨ ਹਨ ਇਹਨਾਂ ਤੁਸੀਂ ਉੱਤਰ ਦੇਣ ਹਨ ਪ੍ਰਸ਼ਨ ਨੰਬਰ 1 ਪ੍ਰਸ਼ਨ ਨੰਬਰ 1 ਕੀ ਸੁਖਮ ਜੀਵ ਨੰਗੀ ਅੱਖਾਂ ਨਾਲ ਦੇਖੇ ਜਾ ਸਕਦੇ ਹਨ ਜੇ ਨਹੀਂ ਤਾਂ ਉਹਨਾਂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ ਇਹਦਾ ਸਦਾ ਸੁਖਮ ਜੀਵ ਨੰਗੀ ਅੱਖ ਨਾਲ ਨਹੀਂ ਦੇਖੇ ਜਾ ਸਕਦੇ ਇਹਨਾਂ ਨੂੰ ਮਾਈਕਰੋਸਕੋਪ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ ਅਗੇ ਪ੍ਰਸ਼ਨ ਨੰਬਰ 2 ਮਿੱਟੀ ਦੇ ਤੇਲ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਕਿਉਂ ਸਟੋਰ ਕੀਤੇ ਜਾਂਦੇ ਹਨ ਇਹਦਾ ਅਸਰਜ ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰਤੀਕਿਰਿਆਸ਼ੀਲ ਤੱਤ ਹਨ ਇਹ ਹਵਾ ਦੇ ਸੰਪਰਕ ਵਿੱਚ ਹੋਣ ਦੇ ਬਾਵਜੂਦ ਆਸਾਨੀ ਨਾਲ ਅੱਗ ਫੜ ਸਕਦੇ ਹਨ ਇਹਦਾ ਅਸਰਗ ਤੀਸਰਾ ਪਕੜਾ ਦਿੰਿਆ ਉਹਨਾਂ ਹਰੱਤਾਂ ਦੀ ਸੂਚੀ ਬਣਾਓ ਜਿਨ੍ਹਾਂ ਦੇ ਅਧੀਨ ਬਲਣ ਹੋ ਸਕਦਾ ਹੈ ਇਹਦਾ ਅਸਰਜੂਗਾ ਪਹਿਲਾ ਬਲਣ ਦੀ ਮੌਜੂਦਗੀ ਵਿੱਚ ਦੂਸਰਾ ਹਵਾ ਦੀ ਮੌਜੂਦਗੀ ਜਾਂ ਆਕਸੀਜਨ ਦੀ ਮੌਜੂਦਗੀ ਵਿੱਚ ਤੀਜਾ ਰਹੇਗਾ ਇਗਨੀਸ਼ ਇਗਨੀਸ਼ਨ ਤਾਪਨ ਤੋਂ ਵੱਧ ਤਾਪਨ ਮਤਲਬ ਜਿੰਨਾ ਜਲਨ ਤਾਪਨ ਹੁੰਦਾ ਉਸ ਤੋਂ ਵੱਧ ਤਾਪਨ ਹੋਵੇ ਤਾਂ ਅੱਗ ਲੱਗ ਸਕਦੀ ਹੈ ਅਗੇ ਚੌਥਾ ਪ੍ਰਸ਼ਨ ਆ ਗਿਆ ਤੁਸੀਂ ਮਾਈਗ੍ਰੇਸ਼ਨ ਸ਼ਬਦ ਦੁਆਰਾ ਕੀ ਦੁਆਰਾ ਕੀ ਸਮਝਦੇ ਹੋ ਜਿਹੜਾ ਸਰਗਰ ਮੌਸਮ ਵਿੱਚ ਤਬਦੀਲੀ ਕਾਰਨ ਪੰਛੀਆਂ ਦੀ ਇੱਕ ਪਰਜਾਤੀ ਨੇ ਦੇ ਆਪਣੇ ਜਦੀ ਸਥਾਨ ਤੋਂ ਦੂਜੀ ਥਾਮਾ ਤੇ ਸਮੇ ਸਮੇਂ ਜਾਂਦ ਨੂੰ ਪ੍ਰਵਾਸ ਕਿਹਾ ਜਾਂਦਾ ਹੈ ਪ੍ਰਵਾਸ ਦਾ ਉਦੇਸ਼ ਪ੍ਰਜਨਨ ਅਤੇ ਲੰਬੇ ਲੰਬੇ ਗਰਮੀ ਦੇ ਦਿਨ ਦਾ ਆਨੰਦ ਲੈਣਾ ਹੈ ਅਗਿਆਤ ਪ੍ਰਸ਼ਨ ਨੰਬਰ 5 ਸੈੱਲ ਵਿੱਚ ਕਰੋਮੋਸੋਮ ਕਿੱਥੇ ਪਾਏ ਜਾਂਦੇ ਹਨ ਉਹਨਾਂ ਦੇ ਕੰਮ ਨੂੰ ਬਿਆਨ ਕਰੋ ਜਾਂਸ ਰਹਿਗਾ ਕਰੋਮੋਸੋਮ ਸੈੱਲ ਦੇ ਨਿਊਕਲੀਅਸ ਵਿੱਚ ਪਾਏ ਜਾਂਦੇ ਹਨ ਉਹ ਉਹ ਜੀਨ ਲੈ ਕੇ ਜਾਂਦੇ ਹਨ ਅਤੇ ਮਾਪੇ ਤੋਂ اولاد ਤੱਕ ਪਾਤਰਾ ਦੀ ਵਿਰਾਸਤ ਵਿੱਚ ਮਦਦ ਕਰਦੇ ਹਨ ਅਗੇ ਪ੍ਰਸ਼ਨ ਨੰਬਰ 6 ਜੁਗਮਜ ਅਤੇ ਪ੍ਰੂਨ ਵਿੱਚ ਦੋ ਅੰਤ ਦੱਸੋ ਪਹਿਲਾ ਹੈਗੇ ਜੁਗਮਜ ਇਹ ਇੱਕ ਸੈਲੀ ਰਚਨਾ ਹੈ ਜੋ ਪ੍ਰੂਨ ਹੁੰਦੇ ਨੇ ਇਹ ਬਹੁ ਸੈਲੀ ਰਚਨਾ ਹੁੰਦੇ ਨੇ ਅਗੇ ਜੁਗਮਜ नर ਅਤੇ ਮਾਦਾ ਜੁਗਮਜ ਦੇ ਸੁਮੇਲ ਤੋਂ ਜੁਗਮਜ ਬਣਦਾ ਹੈ ਪਰ ਪ੍ਰੂਨ ਵਿੱਚ ਜੁਗਮਜ ਦੇ ਵਿਭਾਜਨ ਤੋਂ ਬਾਅਦ ਪ੍ਰੂਨ ਬਣਦਾ ਹੈ ਦਾ ਸੱਤਵਾਂ ਪ੍ਰਸ਼ਨ ਪ੍ਰਸ਼ਨ ਕੋ ਸੱਤਵ ਵਿਆਖਿਆ ਕਰੋ ਕਿ ਖਿਡਾਰੀ ਸਪਾਈਕ ਵਾਲੇ ਜੁੱਤੀਆਂ ਕਿਉਂ ਵਰਤਦੇ ਹਨ ਵਿਦਿਆਰਥੀ ਖਿਡਾਰੀ ਸਪਾਈਕ ਵਾਲੀ ਜੁੱਤੀਆਂ ਦੀ ਵਰਤੋਂ ਕਰਦੇ ਹਨ ਕਿਉਂਕਿ ਉਹ ਜੁੱਤੀਆਂ ਉਹਨਾਂ ਨੂੰ ਦੌੜਨ ਸਮੇਂ ਬਿਹਤਰ ਪਕੜਰ ਦਿੰਦੀਆਂ ਹਨ ਇਸ ਇਹ ਇਸ ਲਈ ਹੈ ਕਿ ਕਿਉਂਕਿ ਜੁੱਤੀਆਂ ਅਤੇ ਜ਼ਮੀਨ ਵਿਚਕਾਰ ਰਗੜ ਡਗੜ ਦਾ ਬਲ ਸਪਾਈਕਸ ਦੀ ਮਦਦ ਨਾਲ ਵੱਧਦਾ ਹੈ ਗੱਤਵਾ ਪ੍ਰਸ਼ਨ ਆ ਗਿਆ ਕਿ ਸ਼ੁੱਧ ਪਾਣੀ ਬਿਜਲੀ ਚਲਾਉਂਦਾ ਹੈ ਬਿਜਲੀ ਚਾਲਕ ਹੈ ਜਾਂ ਬਿਜਲੀ ਚਲਾਉਂਦਾ ਹੈ ਨਹੀਂ ਤਾਂ ਅਸੀਂ ਨਹੀਂ ਤਾਂ ਅਸੀਂ ਇਸ ਨੂੰ ਚਲਾਉਣ ਲਈ ਕੀ ਕਰ ਸਕਦੇ ਹਾਂ ਇਹਦਾ ਅਸਰ ਹੈਗਾ ਨਹੀਂ ਸ਼ੁੱਧ ਪਾਣੀ ਬਿਜਲੀ ਚਾਲਨ ਨਹੀਂ ਚਲਾਉਂਦਾ ਇਸ ਇਹ ਇਸ ਲਈ ਹੈ ਕਿਉਂਕਿ ਸ਼ੁੱਧ ਪਾਣੀ ਵਿੱਚ ਕੋਈ ਮੁਫਤ ਆਇਨ ਨਹੀਂ ਹੁੰਦਾ ਹੈ ਸ਼ੁੱਧ ਪਾਣੀ ਬਿਜਲੀ ਚਲਾ ਸਕਦਾ ਹੈ ਜਦੋਂ ਇਸ ਵਿੱਚ ਇੱਕ ਚੁਟਕੀ ਆਮ ਲੂਣ ਮਿਲਾਇਆ ਜਾਂਦਾ ਹੈ ਜਿਵੇਂ ਕਿ ਲੂਣ ਦਾ ਕੋਲ ਚਲਦਾ ਹੈ ਅਗੇ ਪ੍ਰਸ਼ਨ ਨੰਬਰ 9 ਪਤੀਬਿੰਬ ਦੇ ਨਿਯਮ ਦੱਸੋ ਪਹਿਲਾ ਨਿਯਮ ਆ ਗਿਆ ਰिफ्रैक्शन ਦਾ ਕੋਣ ਹਮੇਸ਼ਾ ਕਟਨਾ ਦੇ ਕੋਣ ਦੇ ਬਰਾਬਰ ਹੁੰਦਾ ਹੈ ਅਗੇ ਦੂਸਰਾ ਆ ਗਿਆ ਕਤਨਾ ਬਲਿਸ਼ ਕਰਨਾ ਪਤੀਬਿੰਬ ਕਿਨ ਅਤੇ ਕਤਨਾ ਦੇ ਬਿੰਦੂ ਦੇ ਸਦਾ ਅਨੁਸਾਰੇ ਇੱਕੋ সমਤਲ ਵਿੱਚ ਹੁੰਦੇ ਹਨ ਆਹ ਨੋ ਪ੍ਰਸ਼ਨ ਪੱਤਰ ਕਰਾ ਦਿੱਤੇ ਹਨ ਇੱਕ ਸਕਿੰਟ ਅਗਰ 10ਵਾਂ ਕਿਹੜੇ ਵੱਖ-ਵੱਖ ਤਰੀਕੇ ਹਨ ਜਿਨ੍ਹਾਂ ਨਾਲ ਪਾਣੀ ਦੂਸ਼ਿਤ ਹੁੰਦਾ ਹੈ ਪਹਿਲਾ ਹੈਗਾ ਲੋਕ ਪਾਣੀ ਵਿੱਚ ਕੂੜਾ ਸੁੱਟਦੇ ਹਨ ਦੂਸਰਾ ਬਹੁਤ ਸਾਰੇ ਉਪਜੋਗ ਬਲ ਆਪਣੇ ਹਾਨੀਕਾਰਕ ਰਸਾਇਣ ਨੂੰ ਸਿੱਧੇ ਨਦੀਆਂ ਅਤੇ ਨਾਲ ਨਾਲਿਆਂ ਵਿੱਚ ਛੱਡ ਦਿੰਦੇ ਹਨ ਅਗਰ ਤੀਸਰਾ ਹੈਗਾ ਖੇਤੀਬਿਆਸਨ ਵਿੱਚ ਵਰਤੀਆਂ ਜਾਣ ਵਾਲੇ ਰਸਾਇਣਿਕ ਖਾਦਾ ਕੀਟਨਾਸ਼ਕ ਅਤੇ ਨਦੀਨਨਾਸ਼ਕ ਪਾਣੀ ਵਿੱਚ ਘੁਲ ਜਾਂਦੀਆਂ ਹਨ ਅਤੇ ਖੇਤਾਂ ਵਿੱਚੋਂ ਪਾਣੀ ਦੇ ਪੰਡਾਰ ਵਿੱਚ ਵਹੀ ਜਾਂਦੀਆਂ ਹਨ ਅੱਗੇ-ਅੱਗੇ ਪ੍ਰਸ਼ਨ ਬਸ਼ਿਕਸ ਤਿੰਨ ਹੰਕਾ ਬਾਰੇ ਤਿੰਨ ਨੰਬਰਾਂ ਬਾਰੇ ਪ੍ਰਸ਼ਨ ਇਹ ਪੰਜ ਹੋਣਗੇ ਜਿਨ੍ਹਾਂ ਤੁਸੀ ਉੱਤਰ ਦੇਣਾ ਹੈ ਪਹਿਲਾ ਹੈਗਾ ਪ੍ਰਸ਼ਨ ਸਮਝੋ ਕੀ ਰਸਾਇਣਿਕ ਖਾਦਾ ਅਤੇ ਰੂੜੀ ਖਾਦਾ ਵਿੱਚ ਅੰਤ ਸਪਸ਼ਟ ਕਰੋ ਪਹਿਲਾ ਪਹਿਲਾ ਅੰਤਰ ਆਜੂ ਇਹਨਾਂ ਵਿੱਚ ਦੂਰ ਰਸਾਇਣਿਕ ਖਾਦ ਰਸਾਇਣਿਕ ਖਾਦਾਂ ਕਾਰਬੋਨਿਕ ਪਦਾਰਥ ਹੁੰਦੇ ਹਨ ਜੋ ਰੂੜੀ ਖਾਦਾਂ ਹੁੰਦੀਆਂ ਨੇ ਰੂੜੀ ਖਾਦ ਕੁਦਰਤੀ ਪਦਾਰਥ ਹੈ ਜੋ ਪੌਦਿਆਂ ਅਤੇ ਜੰਤੂਆਂ ਦੇ ਬਿਅਰਥ ਪਦਾਰਥ ਦੇ ਅਪਕਟਨ ਤੋਂ ਤਿਆਰ ਹੁੰਦਾ ਹੈ ਰਸਾਇਣਿਕ ਖਾਦ ਦਾ ਉਤਪਾਦਨ ਫੈਕਟਰੀ ਵਿੱਚ ਕੀਤਾ ਜਾਂਦਾ ਹੈ ਰੂੜੀ ਖਾਦਾਂ ਖੇਤਾਂ ਵਿੱਚ ਜਾ ਘਰਾਂ ਦੇ ਬਾਹਰ ਖੁੱਲੀ ਥਾਂ ਤੇ ਤਿਆਰ ਕੀਤੀਆਂ ਜਾਂਦੀਆਂ ਹਨ ਰਸਾਇਣਿਕ ਖਾਦਾਂ ਧਰਤੀ ਨੂੰ ਮੱਲਰ ਪ੍ਰਦਾਨ ਪ੍ਰਦਾਨ ਨਹੀਂ ਕਰਦੀਆਂ ਰੂੜੀ ਖਾਦਾਂ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਧਲ ਦਾ ਪ੍ਰਦਾਨ ਕਰਦੀ ਹਨ ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਆਂਦੀ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਵਿੱਚ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ ਇਹਦਾ ਸਵਾਲ ਅੱਗੇ ਹੈ ਚੌਥਾ ਪ੍ਰਸ਼ਨ ਬਦੋ ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਸੈਟਿੰਗ ਪਲਾਸਟਿਕ ਵਿੱਚ ਕਿ ਵਿਚਕਾਰ ਅੰਤਰ ਵਿਆਖਿਆ ਕਰੋ ਪਹਿਲੇ ਅੰਤਰਾਜੂ ਇਹ ਆਸਾਨੀ ਨਾਲ ਮੋੜ ਸਕਦੇ ਹਨ ਜੋ ਥਰਮੋਸੈਟਿੰਗ ਪਲਾਸਟਿਕ ਹੁੰਦੇ ਆ ਇਹ ਆਸਾਨੀ ਨਾਲ ਨਹੀਂ ਮੋੜ ਸਕਦੇ ਇਹ ਗਰਮ ਕਰਨ ਤੇ ਨਰਮ ਹੁੰਦੇ ਹਨ ਪਰ ਜੋ ਥਰਮੋਸੈਟਿੰਗ ਪਲਾਸਟਿਕ ਹੁੰਦੇ ਨੇ ਇਹ ਗਰਮ ਇਹ ਗਰਮ ਕਰਨਾ ਨਰਮ ਨਹੀਂ ਹੁੰਦੇ ਗਰਮ ਕਰਕੇ ਇਹਨਾਂ ਦੇ ਆਕਾਰ ਵਿੱਚ ਆਕਾਰ ਬਦਲੇ ਜਾ ਸਕਦਾ ਹੈ ਪਰ ਜੋ ਥਰਮੋਸੈਟਿੰਗ ਪਲਾਸਟਿਕ ਹੁੰਦੇ ਨੇ ਇਹਨਾਂ ਦੇ ਆਕਾਰ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਅਗਗਾ ਪ੍ਰਸ਼ਨ ਨੰਬਰ 3 ਕੋਕ ਦੀਆਂ ਵਿਸ਼ੇਸ਼ਤਾਵਾਂ ਅਤੇ ਵਰਤੋਂ ਦਾ ਵਰਣਨ ਕਰੋ ਇਹਦਾ ਗੁਨਾਜੂਆ ਕੋਕ ਸਖਤ ਪ੍ਰੋਰ ਅਤੇ ਕਾਲੇ ਰੰਗ ਦਾ ਹੁੰਦਾ ਹੈ ਇਹਦੇ ਵਰਤੋਂ ਪਹਿਲਾ ਹੈਗਾ ਸਟੀਲ ਦੇ ਨਿਰਮਾਣ ਵਿੱਚ ਸਟੀਲ ਦੇ ਨਿਰਮਾਣ ਵਿੱਚ ਦੂਸਰਾ ਜੋ ਧਾਤਾਂ ਨੂੰ ਕੱਢਣ ਵਿੱਚ ਅਗਗਾ ਪ੍ਰਸ਼ਨ ਨੰਬਰ 4 ਅੰਜੀਰ ਵਿੱਚ ਦਿਖਾਏ ਗਏ ਸੈਟਅਪ ਵਿੱਚ ਬੱਲਮ ਚਮਕਦਾ ਨਹੀਂ ਹੈ ਤੋ ਜੋ ਪੁੱਛ ਦੱਸੋ ਸਭਾ ਆਪਣਾ ਕਾਰਨ ਦੀ ਸੂਚੀ ਆਪਣੇ ਸੂਚੀ ਆਪਣੇ ਜਵਾਬ ਦੀ ਵਿਆਖਿਆ ਕਰੋ ਹੇਠ ਲਿਖੇ ਕਾਰਨ ਕਰਕੇ ਬਲਮ ਨਹੀਂ ਚਮਕ ਸਕਦਾ ਪਹਿਲਾ ਕਾਰਨ ਆ ਗਿਆ ਬਿਕਰ ਵਿੱਚ ਤਲਗੈ ਸੰਚਾਲਨ ਹੋ ਸਕਦਾ ਹੈ ਦੂਸਰਾ ਜੂਆ ਬੈਂਟਰੀ ਖਤਮ ਹੋ ਸਕਦੀ ਹੈ ਅਤੇ ਬਿਜਲੀ ਪੈਦਾ ਕਰਨ ਲਈ ਲੋੜੀ ਦੀ ਹੁर्जा ਨਹੀਂ ਹੈ ਤੀਸਰਾ ਬਲਮ ਫਿਊਜ਼ ਹੋ ਸਕਦਾ ਹੈ ਚੌਥਾ ਕਨੈਕਸ਼ਨ ਤੇ ਲੇ ਹੋ ਸਕਦੇ ਹਨ ਪ੍ਰਸ਼ਨ ਨੰਬਰ 5 ਏ ਪਿੰਡੁਰਮ 4 ਸੈਕਿੰਡ ਦੇ ਵਿੱਚ 40 ਬਲ ઓਸਿਲੇਟਰ ਹੁੰਦਾ ਹੁੰਦਾ ਹੈ ਇਸ ਦੀ ਸਮਾਂ ਮਿਆਦ ਅਤੇ ਬਰਮ ਬਲਤਾ ਲੱਭੋ ਪਹਿਲਾ ਉਹ 40 ਸੈਕਿੰਡ ਦੇ ਵਿੱਚ ਕਿੰਨੇ ਵਾਰ 40 ਸੈਕਿੰਡ ਦੇ ਵਿੱਚ 오ਸੀਲੇਸ਼ਨਾਂ ਦੀ ਸੰਖਿਆ ਬਰਾਬਰ ਹੈਗੀ 40 ਦੂਸਰਾ 1 ਸੈਕਿੰਡ ਦੇ ਵਿੱਚ ઓਸਿਲੇਸ਼ਨ ਦੀ ਸੰਖਿਆ ਪਤਾ ਕਰ ਲੈਣਾ 40 ਬਟਾ 4 कट के आ गया दस अगे एफ बटा दस बराबर एच दस एच जेड अगे एक बटा एफ बराबर एक बटा दस बराबर आ गया जीरो पॉइंट वन सैकेंड यंसर आ जाएगा ये तुम लिख के आ जाना है ਇਸ সুপার ਗਾਈਪੇ ਤੁਹਾਨੂੰ ਸਭ ਸੋਲਵ ਕਰਵਾ ਦਿੱਤਾ ਹੈ ਜੇਕਰ ਵੀਡੀਓ ਬਧੀਏ ਲੱਗੀ ਹੋਵੇ ਤਾਂ ਆਪੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਟੈਲੀਗ੍ਰam ਅਤੇ ਬਸਪ ਚੈਨਲ ਵਿੱਚ ਜੁਆਇਨ ਹੋਣਾ ਨਾ ਭੁੱਲਣਾ ਆਪਾਂ ਫਿਰ ਮਿਲਾਂਗੇ ਇੱਕ ਅਗਲੀ ਵੀਡੀਓ ਚ ਥੈਂਕਸ ਫॉर ਵਾਚਿੰਗ ਐਂਡ ਪਲੀਜ਼ ਸਬਸਕ੍ਰਾਈਬ ਟੂ ਮਾਈ YouTube ਚੈਨਲ ਓਕੇ ਦੋਸਤੋ